ਸਤ ਸ੍ਰੀ ਅਕਾਲ ਦੋਸਤੋ ਅੱਜ ਦੇ ਵਲੌਗ ਦੇ ਵਿੱਚ ਆਪਾਂ ਇੱਕ ਨਵੀਂ ਚੀਜ਼ ਦਿਖਾਵਾਂਗੇ ਤੁਹਾਨੂੰ ਕਿ ਕਿਵੇਂ ਲਾਈ ਜਾਂਦੀ ਔ ਤੇ ਉਸ ਦੀ ਤਿਆਰੀ ਕਿਵੇਂ ਕਰਨੀ ਪੈਂਦੀ ਹੈ ਉਸ ਦਾ ਨਾਮ ਹੈ ਅਜੋਲਾ ਅਜੋਲਾ ਫੀਡ ਕਹਿ ਦਿੰਦੇ ਨੇ ਜਿਸ ਦਾ ਜਿਸ ਦੇ ਕਿ ਆਪਾਂ ਲਾਭ ਦੱਸੀਏ ਦਾ ਬਹੁਤ ਜ਼ਿਆਦਾ ਨੇ ਉਸ ਦੇ ਵਿੱਚ ਘੱਟੋ ਘੱਟ ਜਿਵੇਂ ਆਪਾਂ ਪਸ਼ੂਆਂ ਨੂੰ ਜਾਂ ਕਿਸੇ ਵੀ ਚੀਜ਼ ਨੂੰ ਜਿਵੇਂ ਮੱਕੀ ਪਾਣੇ ਆ ਜਾਂ ਕਣਕ ਪਾਣੇ ਆ ਉਸ ਤੇ ਕਰੀਬ 20 ਤੋਂ 25% ਪ੍ਰੋਟੀਨ ਹੁੰਦਾ ਹੈ ਪਰ ਇਸ ਚ ਜਿਹੜੀ ਪ੍ਰੋਟੀਨ ਦੀ ਮਾਤਰਾ ਹੈ ਉਹ 45 ਤੋਂ ਲੈ ਕੇ 50 ਦੇ ਵਿਚਕਾਰ ਹੈ ਇਸ ਕਰਕੇ ਬਹੁਤ ਜ਼ਿਆਦਾ ਫਾਇਦੇਮੰਦ ਹੈ ਪਸ਼ੂਆਂ ਵਾਸਤੇ ਵੀ ਤੇ ਫਿਸ਼ਿੰਗ ਵਾਸਤੇ ਵੀ ਪੋਲਟਰੀ ਵਾਸਤੇ ਵੀ ਅੱਜ ਉਸ ਦੀ ਡਿਟੇਲ ਦੱਸਣ ਦੀ ਕੋਸ਼ਿਸ਼ ਕਰਾਂਗਾ ਤੁਹਾਨੂੰ ਕਿ ਅਸੀਂ ਕਿਵੇਂ ਲਾਈ ਹੈ ਤੇ ਸਾਡੇ ਤਾਂ ਇਹ ਵਧੀਆ ਹੋ ਗਈ ਸੀ ਤੇ ਅੱਜ ਇਸ ਕਰਕੇ ਅਸੀਂ ਇੱਕ ਥੋੜਾ ਹੋਰ ਇਸ ਦੀ ਥਾਂ ਬਧਾਰ ਰਹੇ ਹਾਂ ਕਿਉਂਕਿ ਜਿਉਂ-ਜਿਉਂ ਮੁਰਗੇ ਸਾਡੇ ਵਧਦੇ ਨੇ ਉਨਨ ਵਾਸਤੇ ਫੇਰਾ ਉਸਦੀ ਲੋਡ ਵੀ ਵੱਧ ਪੈਂਦੀ ਹੈ ਤੇ ਉਸਦੀ ਤਿਆਰੀ ਮੈਂ ਦੱਸਦਾ ਤੁਹਾਨੂੰ ਕੋਸ਼ਿਸ਼ ਕਰੂੰਗਾ ਪੂਰੀ ਸਮਝਾਣ ਦੀ ਕਿ ਕਿਵੇਂ ਇਸ ਦੀ ਤਿਆਰੀ ਕਰਦੇ ਹਾਂ ਸੀ ਹਾਂਜੀ ਅਸੀਂ ਸਭ ਤੋਂ ਪਹਿਲਾਂ ਕੀ ਕਰਿਆ 10 ਬਾਈ 15 ਫੁੱਟ 15 ਫੁੱਟ ਲੰਬਾ ਤੇ 10 ਫੁੱਟ ਚੌੜਾ ਇੱਕ ਖੱਡਾ ਪਟਿਆ ਹੈ ਕਰੀਬ ਇਹ ਹੈਗਾ ਹੈ 1 ਫੁੱਟ 1 ਫੁੱਟ ਤੋਂ ਵੀ 1 ਫੁੱਟ ਕਾ ਹੈ ਹੀ ਹੈ ਕਰੀਬ ਇਨਾ ਕੋ ਢੂੰਗਾ 1 ਫੁੱਟ ਲੈ ਲਓ ਤੁਸੀਂ ਜਾਂ 1.5 ਫੁੱਟ ਮੰਨ ਲਓ ਜਾਂ 1 ਫੁੱਟ ਤੋਂ ਘੱਟ ਵੀ ਚੱਲ ਜਾਏਗਾ ਤੇ ਇਹ ਖੱਡਾ ਪੱਟ ਲੈ ਇਹ ਰਾਮੋ ਪੱਟ ਰਿਹਾ ਸਾਹਮਣੇ ਤੇ ਮੈਂ ਸੋਚਿਆ ਉਹਨਾਂ ਟਾਈਮ ਚਲੂ ਵੀਡੀਓ ਬਣਾ ਦੇਣਾ ਤੇ ਇਸ ਜਿਹੜੀ ਬੱਟ ਹੈ ਇਸ ਨੂੰ ਇਸ ਤਰ੍ਹਾਂ ਕਰ ਦੇਣਾ ਉੱਪਰੋਂ ਥੋੜਾ ਪੱਧਰ ਕਰ ਦੇਣੀ ਹੈ ਕਿਉਂਕਿ ਬਾਅਦ 'ਚ ਇਸ ਦੀ ਜ਼ਰੂਰਤ ਪੈਗੀ ਬਾਅਦ 'ਚ ਮੈਂ ਤੁਹਾਨੂੰ ਦੱਸੂਗਾ ਕਿ ਇਹ ਉੱਪਰੋਂ ਇਸ ਤਰ੍ਹਾਂ ਪੱਧਰ ਕਿਉਂ ਕੀਤੀ ਆਪਾਂ ਨੇ ਤੇ ਇਸ ਤਰ੍ਹਾਂ ਖੱਡਾ ਪੱਟ ਲੈਣਾ ਹੈ ਖੱਡਾ ਪੱਟਣ ਤੋਂ ਬਾਅਦ ਦਾ ਜਿਹੜਾ ਅੱਗੇ ਦਾ ਪ੍ਰੋਸੈਸ ਹੈ ਉਹ ਮੈਂ ਤੁਹਾਨੂੰ ਦਿਖਾਉਂਗਾ ਖੱਡੇ 'ਚ ਮੇਨ ਇਹ ਹੁੰਦਾ ਹੈ ਕਿ ਇੱਕ ਤਾਂ ਜੇ ਆਪਾਂ ਇਸ ਨੂੰ ਨੀਚੋਂ ਪੱਧਰ ਰੱਖਾਂਗੇ ਤਾਂ ਇੱਕ ਤਾਂ ਸਾਫ਼ ਲੱਗੇਗਾ ਇਹ ਨੀਚੋਂ ਇੱਕ ਜਦੋਂ ਆਪਾਂ ਇਸ ਦੀ ਤਿਆਰੀ ਕਰਦੇ ਹਾਂ ਇਸ ਦਾ ਜਿਹੜਾ ਖੱਡਾ ਬਣਾਉਣਾ ਹੈ ਸਾਈਡਾਂ ਤੇ ਵੱਟਾ ਬਣਾਉਣਾ ਹੈ ਪਾਣੀ ਰੋਕਣ ਵਾਸਤੇ ਵੀ ਆਪਾਂ ਨੇ ਇਸ ਦੇ ਵਿੱਚ ਲਾਣਾ ਉੱਚ ਇਹ ਕੋਸ਼ਿਸ਼ ਹੋਵੇ ਕਿ ਵੱਧ ਤੋਂ ਵੱਧ ਵੀ ਇਸ ਚੱਕਾ ਨਾ ਰਵੇ ਜ਼ਿਆਦਾ ਕਿਉਂਕਿ ਜੇ ਘਾਰੇ ਜਾਂਦਾ ਉਸ ਤੋਂ ਬਾਅਦ ਆਪਾਂ ਇਸ ਚ ਕਾਗਜ਼ ਪਛਾਣਾ ਹੁੰਦਾ ਹੈ ਜਾਂ ਪੱਕਾ ਕਰਨਾ ਹੁੰਦਾ ਜੇ ਪੱਕਾ ਕਰਦੇ ਚਲੋ ਗੱਲ ਵੱਖਰੀ ਹੈ ਜੇਕਰ ਆਪਾਂ ਕਾਗਜ਼ ਪਛਾਣਨੇ ਆ ਥੋੜਾ ਸਸਤਾ ਹੀ ਪੈਂਦਾ ਕਾਗਜ਼ ਇਹ ਫਿਰ ਉਸ ਦੇ ਵਿੱਚ ਦੀ ਕਾ ਪਰੇਸ਼ਾਨੀ ਕਰਦਾ ਹੈਗਾ ਮਤਲਬ ਕਈ ਵਾਰ ਕੀ ਹੁੰਦਾ ਕਾ ਵਿੱਚ ਦੀ ਲੰਗਿਆ ਜੇ ਕਾਗਜ਼ ਦੇ ਤਾਂ ਉਹ ਆਪਣਾ ਜਿਹੜਾ ਪਾਣੀ ਆ ਉਹ نیچے ਲੰਘਣਾ ਸ਼ੁਰੂ ਹੋ ਜਾਏਗਾ ਤੇ ਇਸ ਨਾਲ ਕੀ ਆਪਣਾ ਨਾਲ ਤਾਂ ਜਿਹੜਾ ਉਸ ਸਮਾਨ ਪਾਵਾਂਗੇ ਆਪਣਾ ਉਹ ਖਰਾਬ ਹੋ ਜਾਂਦਾ ਆਪਾਂ ਨੂੰ ਵਾਰੀ-ਵਾਰੀ ਨਹੀਂ ਉਹ ਪਾਣਾ ਪਏਗਾ ਇਸ ਕਰਕੇ ਧਿਆਨ ਰੱਖਣਾ ਹੈ ਕਿ ਅਸੀਂ ਤਾਂ ਚਲੋ ਅਸੀਂ ਤਾਂ ਪੂਰਾ ਧਿਆਨ ਰੱਖਿਆ ਇਸ ਦੇ ਵਿੱਚ ਕਿ ਇਸ 'ਚ ਕੋਈ ਮੋਟਾ ਕਾ ਨਾ ਹੋਵੇ ਜਿਹੜਾ ਵੀ ਸਾਨੂੰ ਬਾਅਦ 'ਚ ਪਰੇਸ਼ਾਨ ਕਰੇ ਅਬ ਦੇਖ ਸਕਦੇ ਹੋ ਤੁਸੀਂ ਖੱਡਾ ਸਾਫ਼ ਹੈ ਇਸ ਚ ਉਹ ਡੀਲਾ ਜਾਂ ਹੁੰਦਾ ਜਿਹੜਾ ਉਹ ਤਾਂ ਬਚ ਗਿਆ ਬਾਕੀ ਅਸੀਂ ਕੋਈ ਹੋਰ ਕਾਜ ਜਿਵੇਂ ਦੂਜਾ ਹੁੰਦਾ ਹੈ ਜਿਹੜਾ ਥੋੜਾ ਮੋਟਾ ਹੁੰਦਾ ਉਹ ਨਹੀਂ ਅਸੀਂ ਰਹਿਣ ਦਿੱਤਾ ਇਸ ਦੇ ਵਿੱਚ ਤੇ ਇਸ ਨੂੰ ਕੋਸ਼ਿਸ਼ ਕਰੀਏ ਕਿ ਪੂਰਾ ਸਾਫ਼ ਕਰਤਾ ਹੈ ਤੇ ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਇਸ ਚੀਜ਼ ਇਹ ਚੀਜ਼ ਲਗਾਉਣ ਦੀ ਕੋਸ਼ਿਸ਼ ਕਰੋਗੇ ਜਾਂ ਤੁਸੀਂ ਕਿਸੇ ਹੋਰ ਵੀਡੀਓ ਨੂੰ ਦੇਖ ਕੇ ਲਗਾਉਣ ਦੀ ਕੋਸ਼ਿਸ਼ ਕਰੋਗੇ ਤਾਂ ਧਿਆਨ ਰੱਖੇ ਕਿ ਨੀਚੋਂ ਸਫਾਈ ਚੰਗੀ ਤਰ੍ਹਾਂ ਕਰ ਲਓ ਇਹ ਨੀਤੇ ਕੋਈ ਇਹੋ ਜੀ ਚੀਜ਼ ਨਾ ਹੋਵੇ ਜਿਹੜੀ ਆਪਣੇ ਜੋ ਆਪ ਲਫਾਫਾ ਇਸ ਦੇ ਵਿੱਚ ਬਚਾਵਾਂਗੇ ਉਸ ਨੂੰ ਕੋਈ ਨੁਕਸਾਨ ਪਹੁੰਚੇ ਉਸ ਨਾਲ ਉਸ ਚ ਸਰਾਖ ਨਾ ਹੋ ਕਰਦੇ ਤੇ ਜੇ ਇੱਕ ਵਾਰੀ ਇਸ ਤਰ੍ਹਾਂ ਸਰਾਖ ਹੋ ਗਿਆ ਉਸ ਤੋਂ ਬਾਅਦ ਉਸ ਤੇ ਸਰਾਖ ਨੂੰ ਪਰੋਕਤਾ ਸਕਦੇ ਨਹੀਂ ਕਿਉਂਕਿ ਇਸ ਦੇ ਵਿੱਚ ਪਾਣੀ ਆ ਜਾਂਦਾ ਕੁਝ ਹੋਰ ਪਦਾਰਥ ਆ ਜਾਂਦੇ ਨੇ ਤੇ ਇਸ ਕਰਕੇ ਸਾਨੂੰ ਬਾਅਦ ਵਿੱਚ ਸਮੱਸਿਆ ਨਾ ਹੋ ਇਸ ਕਰਕੇ ਪਹਿਲਾਂ ਹੀ ਜਿਹੜਾ ਇਸ ਦਾ ਆਪਾਂ ਧਿਆਨ ਰੱਖ ਲੈਣਾ ਤੇ ਜਿੰਨਾ ਟਾਈਮ ਅਸੀਂ ਟੋਆ ਸੈੱਟ ਕਰਦੇ ਹਾਂ ਤੇ ਉਹਨਾਂ ਟਾਈਮ ਦੇਖੋ ਤੁਸੀਂ ਆ ਦੇਖੋ ਸਾਡਾ ਟੋਆ ਜਿਹੜਾ ਹੁਣ ਪੱਧਰ ਹੋ ਗਿਆ ਇਸ ਦੇ ਵਿੱਚ ਹੁਣ ਭਰਾ ਲੱਗਿਆ ਮੇਰਾ ਤੇ ਇਸ ਦੇ ਵਿੱਚ ਕੀ ਹੈ ਜਿਹੜੇ ਇੱਟਾਂ ਜਾਂ ਰੋੜੇ ਕੁਝ ਨਿਕਲਗੇ ਸੀ نیچے ਇੱਕ ਤਾਰ ਜੀ ਦਾ ਵੀ ਹੋਈ ਸੀ ਤੇ ਉਹ ਕੱਢ ਰਿਆ ਸੀ ਵਿਵਾਦ ਆਪਣਾ ਲਫਾਪਾ ਨਾ ਪਟ ਜੇ ਪੂਰੀ ਕੋਸ਼ਿਸ਼ ਕੀਤੀ ਅਸੀਂ ਵੱਤੋ ਵੱਤ ਜਿੰਨਾ ਬੇਵੋਸ ਕਹਿ ਕਿ ਨੀਚੇ ਇਸ ਨੂੰ ਸਾਫ ਕਰ ਲਿਆ ਸੀ ਵੀ ਕੋਈ ਦਿੱਕਤ ਨਾ ਹੋਵੇ ਇਸ ਚ ਤਾਰ ਦਿਗ ਗਈ ਇੱਕ ਤੇ ਹੁਣ ਤਾਰ ਕੱਢਾਂ ਕੁਝ ਨਾਲ ਉਸ ਦੇ ਨੀਚੇ ਇੱਟਾਂ ਦੇ ਰੋੜੇ ਜੇ ਪਏ ਸੀ ਤੇ ਉਹਨਾਂ ਨੂੰ ਸਾਫ਼ ਕਰਾਂਗੇ ਅਸੀਂ ਪਹਿਲਾਂ ਵੀ ਜਿਹੜਾ ਖੱਡਾ ਬਣਾਇਆ ਸੀ ਇਸ ਤਰ੍ਹਾਂ ਉਸ ਸਾਡੇ ਤੋਂ ਕਮੀ ਰਹਿ ਗਈ ਸੀ ਕਿ ਨੀਚੋਂ ਚੰਗੀ ਤਰ੍ਹਾਂ ਸਫਾਈ ਨਹੀਂ ਹੋਈ ਸੀ ਸਾਡੇ ਤੋਂ ਤੇ ਉਸ ਦਾ ਪਾਣੀ ਜਿਹੜਾ ਸਾਡਾ ਉਹ ਲੰਘ ਜਾਂਦਾ ਹੈ ਨੀਚੇ ਕਾਗਜ਼ ਦੇ ਵਿੱਚ ਦੀ ਲੰਘ ਜਾਂਦਾ ਹੈ ਇਸ ਕਰਕੇ ਸਾਨੂੰ ਉਸ ਸਮਾਨ ਦੇ ਬਾਰੇ ਦੁਆਰੇ ਪਾਣਾ ਪੈਂਦਾ ਕਿਉਂਕਿ ਪਾਣੀ ਦੇ ਨਾਲ ਕੁਝ ਵੀ ਉਹ ਸਮਾਨ ਤਾਂ ਕੁਛ ਨਾ ਕੁਝ ਜਿਹੜਾ ਇਸ ਦੇ ਵਿੱਚ ਮਿਕਸ ਕਰਦੇ ਆ ਉਹ ਲੰਗਦਾ ਹੀ ਹੈ ਨੀਚੇ ਤੇ ਇਸ ਵਾਰ ਅਸੀਂ ਸੋਚਦੇ ਆਂ ਵੀ ਪਿਛਲੀ ਵਾਰੀ ਜਿਹੜੀ ਗਲਤੀ ਹੋਈ ਸੀ ਉਹ ਗਲਤੀ ਸਾਡੇ ਤੋਂ ਇਸ ਵਾਰ ਨਾ ਹੋਵੇ ਇਸ ਕਰਕੇ ਅਸੀਂ ਪੂਰਾ ਬਰੀਕੀ ਨਾਲ ਜਿੰਨਾ ਵੀ ਹੋ ਉਸ ਕੇ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਵੀ ਪਹਿਲਾਂ ਵਾਲੀ ਸਾਡੇ ਜਿਹੜੀ ਗਲਤੀ ਹੈ ਉਹ ਦੁਬਾਰਾ ਨਾ ਦੁਹਰਾਈਏ ਤੇ ਲਗਭਗ ਜਿਹੜਾ ਟੋਆ ਹੈ ਸਾਡਾ ਉਹ ਤਿਆਰ ਹੋ ਹੀ ਚੁੱਕਿਆ ਬਸ ਥੋੜਾ ਉਹ ਕਰਨਾ ਹੈ ਤੇ ਇੱਕ ਵੱਟ ਹੈ ਜਿਹੜੀ ਇਸ ਦੀ ਸਾਈਡਾਂ ਤੇ ਲਗਾਉਣੀ ਆ ਇਸ ਦਾ ਇਹ ਧਿਆਨ ਰੱਖਿਆ ਸੀ ਕਿ ਖੜਮ ਨਹੀਂ ਰੱਖੀ ਬਿਲਕੁਲ ਥੋੜੀ ਟੇਪਰ ਕੀਤੀ ਹੈ ਹਾਂ ਟੇਪਰ ਦਾ ਫਾਇਦਾ ਹੁੰਦਾ ਕਿ ਉਹ ਮਿੱਟੀ ਬਾਅਦ ਚ ਹੇ ਨੀਚੇ ਨੂੰ ਖੁਰਣੀ ਨਹੀਂ ਹੈਗੀ ਖੱਡਾ ਹੋ ਗਿਆ ਆਪਣਾ ਤਿਆਰ ਤੇ ਤਿਆਰ ਹੋਣ ਤੋਂ ਬਾਅਦ ਦਿਖਾਉਣਾ ਇਸ ਚ ਕਾगज ਵਿਛਾਤਾ ਸੀ ਕਾगज ਵਿਛਾ ਕੇ ਜਿਹੜੀ ਮਿੱਟੀ ਹੈ ਉਸ ਨੂੰ ਬਰੀਕ ਕਰ ਲਿਆ ਤੇ ਕਰੀਬ ਇਸ ਦੇ ਵਿੱਚ 5-6 ਕ ਬੱਠਲਾ ਪਤਲੀ-ਪਤਲੀ ਤੁਸੀਂ ਦੇਖ ਰਹੇ ਹੋਣੇ ਮਿੱਟੀ ਦੀ ਜੀ ਪਰਤ ਹੈ ਉਹ ਖੰਡਾਤੀ ਇਹ ਕੋਈ ਜ਼ਰੂਰ ਨਹੀਂ ਵੀ ਕਿਸੇ ਵਾਸਤੇ ਵੱਧ ਖੰਡਗੀ ਬਸ ਹੁਣ ਛਿੱਟਾ ਦੇ ਦੇਣਾ ਇਸ ਦੇ ਵਿੱਚ ਅਸੀਂ ਤਾਂ ਇਸ ਤਰ੍ਹਾਂ ਹੀ ਕਰਦੇ ਆਂ ਬਾਕੀ ਹੋਰ ਵੀ ਬਹੁਤ ਤਕਨੀਕਾਂ ਹੋਣੀਆਂ ਪਰ ਸਾਡਾ ਇਸ ਤਕਨੀਕ ਨਾਲ ਪਹਿਲਾਂ ਵੀ ਜੋ ਕਰਿਆ ਸੀ ਵਧੀਆ ਚੱਲ ਰਿਹਾ ਸੀ ਕੰਮ ਤੇ ਇੱਕ ਆ ਤਾਜ਼ਾ ਗੋਹੇ ਦਾ ਬੱਠਲ ਭਰ ਕੇ ਉਸ ਚ ਇਸ ਚ ਪਾਣੀ ਛੱਡਣਾ ਪਾਣੀ ਉਹ ਤਾਂ ਗੋਹਰ ਲਾ ਕੇ ਵੀ ਕਈ ਡੇਕ ਦਿੰਦੇ ਨੇ ਪਰ ਅਸੀਂ ਕੀ ਕਰਿਆ ਡਾਇਰੈਕਟ ਹੀ ਰਲਾਣ ਨਾਲੋਂ ਇਸ ਦੇ ਵਿੱਚ ਟੂਟੀ ਰੱਖਤੀ ਇਹ ਖੁਰਖੁਰ ਕੇ ਹੁਣ ਰਾਮੂ ਇਸ ਨੂੰ ਕੋਲ ਰੇ ਤੇ ਇਹ ਖੁਰਖੁਰ ਕੇ ਆਪਦੇ ਆਪ ਇਸ ਦੇ ਵਿੱਚ ਫੈਲ ਜਾਏਗਾ بس ਇੰਨਾ ਕੀ ਗੋਹਾ ਪਾਣਾ ਇਸ ਦੇ ਵਿੱਚ ਜੇ ਉਹ ਚਲੋ ਐ ਤਾਂ ਥੋੜਾ ਬੋਤਾ ਵੱਧ ਘੱਟ ਹੋ ਜਾਂਦਾ ਜੇ ਮੰਨ ਲਓ ਇੱਕ ਬੱਠਲ ਹੋ ਗਿਆ ਡੇਢ ਪੈਜੇ ਦੋ ਪੈਜੇ ਕੋਈ ਉਹ ਖਾਸ ਵੱਡੀ ਗੱਲ ਨਹੀਂ ਪਰ ਜੇ ਘੱਟ ਰਹੇ ਜੇ ਤਾਂ ਥੋੜਾ ਦਿੱਕਤ ਆਂਦੀ ਹੈ ਘੱਟ ਵੱਧ ਹੈ ਕਿਉਂਕਿ ਉਸ ਨੂੰ ਪੂਰਾ ਜਿਹੜਾ ਸਮਾਨ ਹੈ ਫੀਡ ਨੂੰ ਜੋਲਾ ਫੀਡ ਨੂੰ ਉਹ ਨਹੀਂ ਮਿਲਦਾ ਇਸ ਤਰ੍ਹਾਂ ਅਸੀਂ ਇਸ ਨੂੰ ਪਾਣੀ ਨਾਲ ਪੜਤਾਂਗੇ ਇਸ ਚ ਪਾਣੀ ਪਾਣਾ ਹੁੰਦਾ ਕਰੀਬ ਜੇ ਖੱਡਾ ਹੈ ਇਸ ਖੱਡੇ ਚ 7 ਜਾਂ 8 ਉਂਗਲਾਂ ਪਾਣ ਦਾ ਅਨੁਮਾਨ ਨਾਲ ਕਹਿ ਸਕਦੇ ਆ ਕਰੀਬ 5 ਜਾਂ 6 ਇੰਚ ਇੰਨਾ ਕਿ ਬਣਦਾ ਹੋਣਾ 6-7-8 ਥੰਗੜਾ ਦਾ ਥੋੜਾ ਬਹੁਤਾ ਵੱਧ ਕਾ ਵੱਧ ਹੋ ਜੇ ਤਾਂ ਵੀ ਕੋਈ ਦਿੱਕਤ ਨਹੀਂ ਆਉਂਦੀ ਪਾਣੀ ਹੋ ਗਿਆ ਇਸ ਦਾ ਹੁਣ ਪੂਰਾ ਤੇ ਇਸ ਦੇ ਉੱਪਰ ਮੇਨ ਹੁੰਦਾ ਇਸ ਨੂੰ ਧੁੱਪ ਨਹੀਂ ਲੱਗਣ ਦੇਣੀ ਹੁੰਦੀ ਇਸ ਕਰਕੇ ਅਸੀਂ ਇਹ ਹਰਾ ਕੱਪੜਾ ਜਿਹੜਾ ਉਹ ਬੰਨਦਾ ਵੀ ਇਸ ਦੇ ਉੱਪਰ ਡਾਇਰੈਕਟ ਸੂਰਜ ਦੀ ਜਿਹੜੀ ਧੁੱਪ ਹੈ ਉਹ ਨਾ ਪਵੇ ਤੇ ਪਾਣੀ ਦੀ ਮਾਤਰਾ ਉਹੀ 7-8 ਥੰਗੜਾਂ ਕਰੀਬ ਕਰਤੀ ਤੇ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਹਰਾ ਹਰਾ ਇਹ ਅਜੋਲਾ ਫੀਡ ਹੈ ਦੇਖੋ ਮੈਂ ਕਰੀਬ ਇਸ ਚ ਅੱਧਾ ਕਿਲੋ ਜਾਂ ਪੌਣਾ ਕਿਲੋ ਤਾਂ ਹੁਣ ਨਹੀਂ ਅੱਧਾ ਕਿਲੋ ਪਾਈ ਐ ਆ ਦੇਖੋ ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਛਿੱਟਾ ਦਿੱਤਾ ਉਸ ਦਾ ਤੇ ਇਸ ਦੇ ਵਿੱਚ ਆ ਗਈ ਐ ਤੇ ਇਸ ਨੂੰ ਮੈਂ ਬਾਅਦ ਵਿੱਚ ਤੁਹਾਨੂੰ ਦਿਖਾਉਂਗਾ ਇਹ ਕਰੀਬ 5 6 ਜਾਂ 7 ਦਿਨਾਂ ਚ ਫੁੱਲ ਹੋ ਜਾਏਗਾ ਤੇ ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਦਿਖਾਉਂਗਾ ਇਸ ਨੂੰ ਓਕੇ ਜੀ ਮਿਲਦੇ ਹਾਂ ਫੇਰ ਅਗਲੀ ਵੀਡੀਓ ਚ